सबना ते आप कृपा करके त्रुट देखन दूर नेड़े तो सतगुरु जी आप प्रेरणा करके अपने दरबार विच लैके आउंदे ने। वेखदा तां सालां बत्ती तुसी शरदा सिदक भरोसा सारा दिन किरतकार करन तों बाद गुरु की संगतां लई लंगर तैयार करने गुरु की संगत विच आ के सजना यह सतगुरु गुरु नानक साहब जी की अपनी मेहर है ते इस मेहर नूं संभाल के रखना यह सारी दी सारी मेहर रोज का पाठ रोज का कीर्तन सुनना सेवा करनी ये बहुत वड्डी पूंजी है जो सतगुरु साडी झोली पा रहे हैं। संभाल के रखने का मतलब हुंदा है ये सारी दी सारी एनर्जी जो गुरु कृपा नाल अंदर इकट्ठी हो रही है ये दो पासे जा सकती है, एक होमे वाले पासे ते एक वाहगुरु दे मिलाप वाले। जे ये सारी ताकत कौमे वाल नू बड़ी परकल माता उन्हें खिंच लिया ते सारा कुछ कर करा के फिर खाली ते जे इस ताकत नू रब वाले पासे लै के तुरे ते प्यारे अकाल पुरख की प्राप्ति है। वाहिगुरु करे साडे सबना दी एनर्जी ताकत उहदे मिल वाल लगे। गुरु रामदास पिता जी दे बचन
ਸ਼ਕਿਆਂ ਦੇ ਰੂਪ ਅੰਦਰ ਚੱਲ ਰਹੇ ਨੇ। ਅੱਜ ਗੁਰੂ ਰਾਮਦਾਸ ਪਿਤਾ ਨੇ ਚੌਥਾ ਬੰਦ ਵਰਤਿਆ ਜੋ ਦਰਸਾਉਂਦੇ ਹਨ ਭਈ ਅਕਾਲ ਪੁਰਖ ਵਾਕ ਗੁਰੂ ਦਾ ਸੁਭਾਅ ਕੈਸਾ ਹੈ। ਜਿੰਨਾ ਚਿਰ ਸਾਨੂੰ ਕਿਸੇ ਦੇ ਸੁਭਾਅ ਦਾ ਨਾ ਪਤਾ ਲੱਗੇ ਉਹਨਾਂ ਚਿਰ ਅਸੀਂ ਬਹੁਤਾ ਲਾਭ ਨਹੀਂ ਲੈ ਸਕਦੇ, ਚਾਹੇ ਆਦਮੀ ਏ, ਚਾਹੇ ਕੋਈ ਪੀਰ ਫਕੀਰ ਏ, ਅਤੇ ਚਾਹੇ ਸਤਿਗੁਰੂ ਸਾਹਿਬਾਨ ਅਤੇ ਚਾਹੇ ਪਰਮੇਸ਼ਰ ਜੀ। ਜਦੋਂ ਸੁਭਾਅ ਦਾ ਪਤਾ ਲੱਗੇ ਉਹ ਸੁਭਾਅ ਨਾਲ ਆਪਣਾ ਸੁਭਾਅ ਮਿਲਣ ਦੀ ਕੋਸ਼ਿਸ਼ ਕਰੀ ਦੇਖੈ। ਜਿੰਨਾ ਚਿਰ ਦੋ ਤਰ੍ਹਾਂ ਦੇ ਵਿਚਾਰ ਇਕੱਠੇ ਨਹੀਂ ਹੁੰਦੇ, ਇੱਕ ਨਾ ਹੋਣ, ਕਦੇ ਪਿਆਰ ਨਹੀਂ ਬਣਦਾ। ਅਸੀਂ ਸਤਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਆਉਂਦੇ ਹਾਂ, ਉਹਨਾਂ ਨਾਲ ਪਿਆਰ ਕਰਦੇ ਹਾਂ, ਸੁਭਾਅ ਦਾ ਪਤਾ ਲੱਗੇ ਅਤੇ ਅਸੀਂ ਉਹ ਕੁਝ ਜੀਵਨ 'ਚ ਕਰਾਂਗੇ ਜੋ ਕੁਝ ਉਹਨਾਂ ਨੂੰ ਚੰਗਾ ਲੱਗਦਾ ਹੈ। ਵੇਖਦੇ ਹੋ ਨਾ, ਕੋਈ ਮਹਿਮਾਨ ਆਵੇ, ਉਹਦੀ ਖੁਸ਼ੀ ਲੈਣ ਲਈ ਅਸੀਂ ਯਤਨ ਕਰਦੇ ਹਾਂ ਕਿ ਉਹਨੂੰ ਕਿਹੜੀ ਚੀਜ਼ ਖਾਣ ਨੂੰ ਚੰਗੀ ਲੱਗਦੀ, ਉਹਦੀ ਖੁਸ਼ੀ ਲੈਣ ਲਈ ਉਹ ਕਿਹੜਾ ਕੱਪੜਾ ਪਹਿਨਣਾ ਪਸੰਦ ਕਰਦਾ ਏ, ਉਹਨੂੰ ਕਿਹੋ ਜਿਹੇ ਮਕਾਨ ਵਿੱਚ ਰਹਿਣਾ ਚੰਗਾ ਲੱਗਦਾ ਏ। ਔਖੇ ਹੋ ਕੇ ਵੀ ਤੁਸੀਂ ਉਹਦੇ ਮੁਤਾਬਕ ਪਿਆਰੇ ਹੋ, ਖਾਣ ਦਾ ਪ੍ਰਬੰਧ, ਰਹਿਣ ਦਾ, ਕੱਪੜੇ ਪਹਿਨਣ ਦਾ, ਤੁਰਨ ਫਿਰਨ ਦਾ ਕਰਦੇ ਹੋ। ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਆਓ ਤੁਹਾਨੂੰ ਦੱਸੀਏ ਰੱਬ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ। ਅੱਜ ਦਾ ਬਚਨ ਇਹ ਕਹਿਣ ਲੱਗੇ ਉਹਦਾ ਸੁਭਾਅ, ਬਿਰਧ ਦਾ ਅਰਥ ਹੁੰਦਾ ਸੁਭਾਅ, ਭਗਤ ਵਚਲ ਕਰ ਬਿਰਧ ਕਹਿ ਕਰ ਲਾਜ ਰਖਾਇਆ। ਕਹਿਣ ਲੱਗੇ ਤੁਸੀਂ ਰੋਜ਼ ਅਰਦਾਸਾਂ ਕਰਨੀਆਂ ਨੇ, ਉਹ ਦੀਨ ਦਿਆਲ ਸੁਣ ਬੇਨਤੀ, ਗਰੀਬਾਂ ਨੂੰ ਪਿਆਰ ਕਰਨ ਵਾਲਿਆ, ਬਾਹਰੋਂ ਭਾਵੇਂ ਅਸੀਂ ਵੱਡੇ ਹਾਂ ਚਾਹੇ ਛੋਟੇ, ਤੇਰੀ ਨਿਗਾਹ ਦੇ ਅੰਦਰ ਅੱਤ ਦੇ ਗਰੀਬ ਹਾਂ। ਨਿਮਰਤਾ ਵਿੱਚ ਰਹਿ ਕੇ ਸਾਹਿਬ ਕਹਿੰਦੇ ਉਹਦੇ ਕੋਲ ਅਰਦਾਸ ਕਰਨੀ ਨੀਵੇਂ ਕੋ ਕੇ ਵੱਡੇ ਹੋ ਕੇ ਨੇ। ਇੱਕ ਤਾਂ ਉਹ ਅਰਦਾਸ ਹੈ ਨਾ ਜਿਹੜਾ ਸਾਡਾ ਮਨ ਕਈ ਵਾਰ ਪੁੱਠੇ ਪਾਸੇ ਤੁਰ ਪੈਂਦਾ ਏ, ਵੀ ਜੇਕਰ ਭਾਈ ਸਾਹਿਬ ਨੇ ਸਪੀਕਰ 'ਚ ਮੇਰਾ ਨਾਂ ਨਾ ਬੋਲਿਆ ਤਾਂ ਪਤਾ ਨਹੀਂ ਅਰਦਾਸ ਪੂਰੀ ਹੋਣੀ ਕਿ ਨਹੀਂ ਹੋਣੀ। ਉਦੋਂ ਜਦੋਂ ਉਹ ਨਾਂ ਬੋਲਿਆ ਜਾਂਦਾ ਉਦੋਂ ਕੇਂਦਰ ਗੁਰੂ ਨਾਨਕ ਸਾਹਿਬ ਨਹੀਂ ਖੁੰਦੇ, ਸਾਡੀ ਕੌਮੇ ਆਪਣਾ ਨਾਂ ਸਪੀਕਰ ਵਿੱਚੋਂ ਦੀ ਹੋ ਕੇ ਸੁਣਨਾ ਚਾਹੁੰਦੀ ਏ, ਹੱਦ ਹੋ ਗਈ ਆਪਣੀ ਅਰਦਾਸ ਆਪਣੇ ਕੰਨਾਂ ਵਿੱਚ ਪਾਣੀ। ਇਹ ਕਿਹੋ ਜਿਹੀ ਅਰਦਾਸ ਹੋਏ, ਕਿਉਂਕਿ ਕੇਂਦਰ ਮੇਰਾ ਆਪਣਾ ਨਾਂ, ਮੈਂ ਅਰਦਾਸ ਲਿਖਾਈ ਏ, ਭਾਈ ਸਾਹਿਬ ਨੇ ਬੋਲੀ ਕਿ ਨਹੀਂ ਬੋਲੀ। ਇਹ ਕਦੋਂ ਗੁਰੂ ਕੇ ਪਿਆਰਿਓ ਤੁਰਾਂਗੇ, ਜਦੋਂ ਸਾਡਾ ਅੰਦਰ ਕਵੇਗਾ ਸਾਡੀ ਬਿਨ ਬੋਲਿਆ ਅੰਦਰੋਂ ਕੀਤੀ ਕੋਈ ਅਰਦਾਸ ਸਤਿਗੁਰੂ ਸੁਣਦੇ ਨੇ, ਅਸੀਂ ਕੇਵਲ ਅਰਦਾਸ ਵਿੱਚ ਸ਼ਾਮਲ ਹੋਣਾ ਏ। ਸ਼ਾਮਲ ਹੋਣ ਤੋਂ ਮੁਰਾਦ ਹੁੰਦੀ ਏ ਮਨ ਅਰਦਾਸ ਵਿੱਚ ਬਾਹਰ ਭੱਜੇਗਾ, ਉਹਨੂੰ ਪ੍ਰੇਰ ਪ੍ਰੇਰ ਕੇ ਅੰਦਰ ਲਿਆਉਣਾ, ਇਹਨੂੰ ਕਹਿਣਾ ਵੇਖ ਭਾਈ ਸਾਹਿਬ ਗੁਰੂ ਨਾਨਕ ਪਿਤਾ ਕੋਲ ਅਰਦਾਸਾਂ ਕਰ ਰਹੇ ਨੇ, ਅਸਾਂ ਜੀ ਸਾਡੇ ਵਾਸਤੇ ਸੁੱਖ ਮੰਗਦੇ ਨੇ, ਉਹ ਸਾਰੀ ਸੰਗਤ ਲਈ ਖੈਰ ਮੰਗਦੇ ਨੇ। ਵੇਖਿਓ ਮਨਾ ਕਿਧਰੇ ਮੈਨੂੰ ਗੁਰੂ ਨਾਨਕ ਦੀ ਖਜੂਰੀ 'ਚੋਂ ਬਾਹਰ ਨਾ ਲੈ ਜਾਵੇ, ਉਹਨਾਂ ਨੇ ਸਭਨਾਂ ਦੀ ਝੋਲੀ ਭਰਨੀ, ਕਿਧਰੇ ਜਿਵੇਂ ਹੋਇਆ ਹੀ ਨਾ ਇੱਥੇ ਤੇ ਮੈਂ ਖਾਲੀ ਰਵਾਂਗਾ। ਪਿਆਰਿਓ ਇੱਧਰ ਨੂੰ ਤੁਰਨਾ, ਇਹ ਮਨ ਕਈ ਵਾਰ ਹੋਰ ਪਾਸੇ ਲੈ ਕੇ ਤੁਰ ਪੈਂਦਾ ਏ। ਇਹੀ ਕਾਰਨ ਸਾਲਾਂ ਬੱਧੀ ਕਈ ਵਾਰ ਸਤਿਗੁਰੂ ਦੇ ਕੋਲ ਆ ਕੇ ਵੀ ਉਹ ਕਹਾਣੀ ਬਣਦੀ ਨਹੀਂ, ਹੰਕਾਰ ਵੱਧਦਾ, ਨਿਮਰਤਾ ਨਹੀਂ ਆਉਂਦੀ। ਗੁਰੂ ਰਾਮਦਾਸ ਪਿਤਾ ਦਾ ਬਚਨ ਕਹਿੰਦੇ ਉਹ ਦੀਨ ਦਿਆਲ ਹੈ, ਦਇਆ ਵੀ ਕਰਦਾ ਏ, ਪਰ ਦੀਨਾਂ ਉੱਪਰ ਜਿਹੜੇ ਨੀਵੇਂ ਹੋ ਕੇ ਆਉਂਦੇ ਹਨ। ਕਹਿਣ ਲੱਗੇ ਸੁਣ ਬੇਨਤੀ ਮੇਰੇ ਪ੍ਰਭੂ ਤੋਂ ਸੁਣ, ਹਰ ਉਹ ਉਸ ਦੇ ਉਹਨੂੰ ਕਦੇ ਰਾਜਾ ਕਹਿੰਦੇ, ਹਰੀ ਰਾਇਆ ਮੰਗਿਆ ਕੀ ਖੋ ਮੰਗੂ, ਸ਼ਰਨ ਕਰ ਨਾਮ ਕੀ ਕਰ ਹਰ ਮੁੱਖ ਪਾਇਆ। ਨਾਮ ਜਪਣਾ ਅਤੇ ਉਹਦੀ ਸ਼ਰਨ ਵਿੱਚ ਡਿੱਗੇ ਰਹਿਣਾ, ਉਹ ਵਾਹਿਗੁਰੂ ਤਰੁੱਟ ਕੇ ਸਾਡੇ ਮੂੰਹ 'ਚ ਨਾਮ ਪਾਉਂਦਾ ਜਪਾਉਂਦਾ ਏ। ਅਗਲਾ ਬਚਨ ਤੀਜੀ ਪੰਕਤੀ ਦੇ ਅੰਦਰ ਕਹਿੰਦੇ ਵਾਹਿਗੁਰੂ ਦਾ ਸੁਭਾਅ ਜੇ ਭਗਤ ਵਚਲ ਹਰ ਬਿਰਧ ਕਹਿ, ਵਾਹਿਗੁਰੂ ਦਾ ਬਿਰਧ ਜਿਹੜਾ ਉਹਦੀ ਭਗਤੀ ਕਰੇ ਨਾ ਉਹਦੇ 'ਤੇ ਬਹੁਤ ਖੁਸ਼ ਹੁੰਦਾ ਹੈ। ਜਿਹੜਾ ਉਹਦਾ ਨਾਮ ਜਪੇ, ਉਹਦੀ ਭਗਤੀ ਕਰੇ, ਉਹਦੀ ਬੰਦਗੀ ਕਰੇ, ਉਹਦੇ 'ਤੇ ਬਹੁਤ ਖੁਸ਼ ਹੁੰਦਾ ਹੈ। ਕਹਿੰਦਾ ਇਹਨੇ ਮੇਰਾ ਇੱਕ ਵਾਰੀ ਨਾਂ ਲਿਆ,
अणगिणत वार मैं नाम अपने कोलो फल दे के इहदी झोली पावांगा। कहिंदे मेरी भगती करन लगा है इन्हें एक कदम पुटिया है मैं करोड़ा कदम वाहगुरु कहिंदे आप इहदे नेड़े हो के चलांगा क्योंकि उन्हें चंगा लगता है उहदे घर वल कोई तुरे। कई बार तो गुरु के प्यारो वेखदे हो ना असी अजे अरदास ही करते हैं सतगुरु मेहर कर मैं अज तो पाठ शुरू करता वा मेरे कारज रास करे। असी अजे पाठ एक दिन भी नहीं किया तो कारज रास हो जाता है कि ये प्रमाण नहीं भी गुरु नानक साहब का बिरद है भी चलो घट्टो घट तू तुरते पिया है भावें अज तुरै काज तेरे पहला सवार दे जे तू तुरया रहा तो तेरे व्डे तो व्डे कारज भी रास करांगे। वो खुश हो जाते ने जो उन्होंने सुभा उन्होंने गुरु ग्रंथ साहब पिता जी को पूछा करिए ध्यान आप तुम कि गलों से खुश होंगे हो। बहुत ही बारी की होंगे कि मन साडे नाल इत धोखा करता है जिहड़ी चीज़ नाल साडा मन खुश होंगे असी उन्हों करते हाँ। कदे नोट करना असी प्यारे लगातार कोई भी सतगुरु जी की कृपा नाल सेवा ज सिमरन ज पाठ कोई ढंग पढ़ाया महाराज दियाँ सारिया खुशियां लैन दे ढंग ने पर अचानक कोई आदमी जिहड़ी सेवा विच असी लगते हाँ उच्चों कोई आदमी सानू रोकदा है भी अज मैनू कर लैन दे उच्च काले ना पैना भी साल बद्दी मैं ये काम करदा वा अज यही जगह ते ये बंदा क्यों आ रहा है। वो बंदा नहीं आ रहा ना उन्हू पता है ना सानू पता। प्यारो सतगुरु जी चाहते ने भाई इस बंदे दे अंदरों किधरे बाहरी पकड़ ना बन जावे मैं इको काम करना है उचो तोड़ के चाहते ने भी अंदरों ये दिखौता नहीं बन गई उन्हों तोड़ के एक वड्डी बख्शिश करना चाहते ने। यही कारण सतगुरु पिता महाराज जी का इतिहास पढ़ो भाई बिधि चंद तुहानू पता है वो एक सूरमा से पहला गुरु के प्यारे ताड़वे बाद विच गुरु कृपा नाल सूरमा चंगे शस्त्र चलाने चंगी उसने घोड़ियां दी सवारी करने भाई गुरदास साहब ने जिंदगी भर कलम चलाए। सतगुरु जी आखते ने लो भाई गुरदास साहब हुण तुसी घोड़े खरीद के लियाओ ते भाई बिधि चंद जी तुसी संगतां नूं नाम पाओ सिक्खी का प्रचार करो ते गुरु नानक दे घर की सिक्ख्या दसो। उल्ट उल्ट हो गया ना जिहड़ा कृपान चला जानदा उन्हों कहिंदे जुबान चला के सतगुरु नाल जोड़ो जिहड़ी जुबान ते कलम चला जानदे ने उन्हां नूं कहिंदे घोड़े खरीदो व्यापार करो ये सेवा उन्हां नूं लाइए। ये क्यों बदलते ने सतगुरु जी ये मन का सुभाव जिहड़ा काम असीं बार बार करिए ना उन्हों जां ते पकड़ लैंदा मशीन की तरह बनांदा है मशीन की तरह मशीन दे अंदर तो कोई नहीं ना भावना एक काम करना करी जाना। पांच बाणिया का असी नितनेम करना होंगे गुरु सवार हो जपजी साहब तो आनंद साहब तक पहला पाठ करते हैं तो रस आता है हौली हौली पता भी नहीं लगता ध्यान जिधर मर्जी होवे पाठ पूरा हो जाता है कि होया साढ़े मन ने सानू सुला दिता मशीन बना दिता मशीन उहदे च रस मुक गया ध्यान कढ लिया भी तू हुण जो मर्जी कर पाठ याद पूरा हो ही जाएगा। साहब कहिंदे ते सुचेत होणा नूं मशीन नहीं बन देना मशीन नूं तां कुछ भी नहीं मिलना जो एक बार उहदे च प्रोग्राम सैट कर दिता उहने करी जाणा बार बार। प्यारे असानू सतगुरु कहिंदे गुरु जिउंदा ए तुहाडा दिल रोज़ धड़कदा ए इस दिल दे अंदर बाणी पढ़द्या पढ़द्या उहदी कृपा होवे बाणी बाणी ना रहे बाणी विच बैठे सतगुरु आप धड़कते प्रतीत होण। पर इहदे लई केवल तरला है सियाणप नहीं इहदे लई गुरु के प्यारे जोर नहीं इह नहीं भी अकल नाल इह काम कर लांगे। साहब कहिंदे एहो मांगो शरण कर नाम कि उहदे चरणां च डिग के कौण आए ये सारा कुछ जपना ते डिगे रहना अंदरों अहंकार तो बचना। मैं बेनती कर रहा सां गरीब बनवाज पिता जी कहिंदे उन्हू भगती चंगी लगती ओ करनी है जदों भगती को करे ते ओ अपनियां दी फिर लाज रखदा उहदा सुभाअ है। अज सवेरे ना सतगुरां ने
हुक्मनामा साहब जो बख्शिश किया हर रोज़ ही भावें अमृत वेले शरीर बिल्कुल घट हुंदे ने पर तुहाडा इत्थे कीता होया सेवा सिमरन का सदका महाराज के इस अस्थान ते कीती कोई बख्शिश का सदका आनंद इस तरह हुंदा है जिवें कोई 100-200 प्राणी बैठ के सुनते कौन। ये सतगुरां की वड्याई है ते संगत की वड्याई है। प्यारियो बेनती कर लगा सा असी ना जिंदगी भर जो कुछ करते हाँ वो सारा कुछ साढ़े अंदर लिखा जा रहा है। बंदा तो जो बुरे कर्म करते हैं उन्हें छिपाने की कोशिश करते हैं कि छिपा लीए चंगा होकों को प्रगट हो। साहब कहिंदे देखो जिहो जिहा असीं कर्म करांगे उहदे तो साडा सुभाव बनना है। सुभाव ने फिर साडे तो वो कर्म कराने ने उहदा नाल असीं दुनियावी तौर पर कुछ भी असीं जदों कोई फिल्म वेखदे हाँ कोई नाटक देखदे हो कुछ भी अखां नाल देखदे हो साडी अपनी मर्जी है। पर जदों ना रब की करदा है सारी जिंदगी जो कुछ असीं कर्म करांगे उहनां दी अंदर तस्वीर बन रही असीं छिपाया अंत वेला आएगा ना तो वाहगुरु साढ़े अंदरों ही साड़ी वो फिल्म काढ़ के सानू दिखाण के मरण तो पहला पे आ तू सारी जिंदगी किया है। हुण असीं बाहरों कुछ वेखते हैं साढ़े कोल रिमोट है उन्हूं बंद किया उस तो बाद कहानी मुक गई कल नूं होर वेख लांगे कुछ। पर जदों रब दिखांदा है तो वह दिखाण लई नहीं दिखांदा कहिंदा लै जो कुछ किया सी पहला वे हुण तेरी मौत होएगी उस तो बाद कला कला जिहड़ा तू कर्म किया इहदे हिसाब किताब तेनू भुगतना पैणा है। उहनू भुगतन लई चार युग लग जाण एक युग लग जावे वेखदे आ ना। मैं बेनती करन लगा से असीं इस दुनिया के अंदर रह के कोई साडे नाल धोखा कर जांदा है किसी नाल असीं धोखा करते हाँ पर बहुती वारी जदों असीं करदे हाँ किसी नाल धक्का सानू अफसोस नहीं हुंदा पर जो कोई साडे नाल करे तो सानू बहुत अफसोस हुंदा है क्यों करता है। याद रखना रब दे प्यारिआं दे बचन ओ प्यारिओ कोई किसी नाल धक्का नहीं जे करदा असीं किसी का हक कदे मारिआ से अज उहने साडा मार लिआ है। असीं कदे किसी का अपना बना उहनां दे बण के सानू किसी ने अपना बनाया सी असीं उहनां नाल चलाकी करके दुख दिता अज कोई साडा मित्र बण जां धी पुत्तर बण प्यारिओ कोई रिश्तेदारी बण उह साडे घर रब ने भेजी है उह साडा बण के सानू दुख दे रिहा है। साहिब कहिंदे कहानी कदे मुकनी नहीं प्यारिओ ये जो कुछ करदे आ उहदा हिसाब किताब होणा ही होणा है। कोई दुनिया की ताकत टाल नहीं सकती पर सतगुरां नूं पुछिआ दाता अज तुसीं मेरे साईं दा सुभाव दस रहे हो उहदा सुभाव एक तां इह वे भई जिहो जे कर्म करांगे उह सानूं भुगतने पैणे ने इहदे च कोई छुट कोई छुड़ा नहीं सकदा कोई दुनिया की ताकत नहीं जिहड़ी बचा सके। जितने असीं जिंदगी च कर्म करदे आं तां ही तां मेरे सतगुरु कहिंदे कर्म करन लग्गिआं काले ना पवो आचार इन्ना वेखो कि चार बंदे की कहन के मैनू मेरी बल्ले बल्ले खोजेगी अज जिहड़ी बल्ले बल्ले खोणी है ना कल नूं जदों कर्मां दी मार पए इन्ना को थले चले जाणा आत्मा ने उत्थों किसे छुड़ाना कोई नहीं पर हुण छुट सकदे आ। सतगुरु जी दे बचन ने ना साहिब कहिंदे ऐसो ए संसार पेखना रहन को पई कहरे सूदे सूदे रे चलो तुम नतर को धक्का दवई कहरे। प्यारे सिद्धे खोके चलिए की मतलब सिद्धे दा जो सतगुरु जी आखदे ने उधर मुंह करके तुरिए जदों दुनिया नूं खुश करन लई तुर पांगे ना साडे कदम कदे सिद्धे हो ही नहीं सकदे असीं तड़ेबाजी विच आवांगे एक दा लिखाज करांगे दूसरे दे नाल धक्का करांगे बस जिहदे नाल लिखाज कीता तां वी मारे गए जिहदे नाल धक्का कीता तां वी मारे गए। सतसंगी जनो दोनों हालतां विच मारांगे। भाई गुरदास साहिब कहिंदे गुरमुख मार्ग चलना छड खब्बे सज्जे खब्बा सज्जा की है दूसरे नाल गुरु के प्यार को मिल के नहीं तुरना
मिल के तुरने धन गुरु नानक दे बचना नाल दूसरे नाल मिल के तुरे जे वह औगण करदा है वह साडा अपना है। हां विच खां मिलाई ते दोषी असी बन गए ना। जे वह गुरु के प्यारे अज चंगा है उहदे नाल मिल के तुरे, कल ने उन चंगा बन के उहदा पैर छिड़किया, साडा भी थड़क जाएगा। सानू हुक्म ही नहीं पई किसे दे नाल असी उहदी रीस करके तुरीए। साहब कहिंदे नी कल्ले कल्ले जिवें पंछी आकाश उड़दे ने उहनां दी जदों उड्डण दे वक्खरा राह होवेगा, उहनां दी परवाज कदे इक नहीं खुंदे। भई इस एंगल ते अज पंछी उड्डे ते कल वी इसे लाइन तों उड्डणगे। ਉਹ ਭਾਵੇਂ ਇੱਕ ਦਿਨ 'ਚ 100 ਵਾਰੀ ਉਡਾਰੀ ਮਾਰਨ, ਉਹ ਜਿੰਨਾ ਜਿਹੜੇ ਆਕਾਸ਼ ਦੀ ਜਗ੍ਹਾ ਤੋਂ ਉੱਡਣਾ ਉਹ ਨਵੀਂ ਖੋਏਗੀ, ਵੱਖਰੀ ਹੋਏਗੀ। ਮੱਛੀ ਜਿੰਨਾ ਚਿਰ ਪਾਣੀ 'ਚ ਤੈਰਦੀ ਏ ਕਦੇ ਇਹ ਕਿਸੇ ਨਾਲ ਮਿਲ ਕੇ ਸੜਕਾਂ ਨਹੀਂ ਬਣਾਉਂਦੇ, ਉਹ ਵੀ ਜ਼ਿੰਦਗੀ ਜਿਉਂਦੀ ਪਰ ਆਪਣਾ ਵੱਖਰਾ ਰਸਤਾ। ਸਾਨੂੰ ਹੁਕਮ ਏ ਸਾਡੇ ਸਾਹਮਣੇ ਚਾਹੀਦੇ ਸਤਿਗੁਰੂ ਦੇ ਹੁਕਮ। ਉਹ ਕੀ ਕਹਿੰਦੇ ਨੇ, ਉਹ ਮੇਰੀ ਭੈਣ ਕਰੇ ਨਾ ਕਰੇ, ਉਹ ਹੁਕਮ ਨੂੰ ਮੇਰਾ ਵੀਰ ਮੰਨੇ ਨਾ ਮੰਨੇ, ਮਾਂ ਮੇਰੀ ਉਸ ਨੂੰ ਕਬੂਲ ਕਰੇ ਨਾ ਕਰੇ, ਬਾਪ ਮੇਰਾ ਉਹਦੇ ਤੋਂ ਲੱਖ ਵਾਰੀ ਵਰਜੇ, ਪਰ ਮੈਂ ਉਹ ਕੰਮ ਕਰਨਾ ਜੋ ਸਤਿਗੁਰੂ ਜੀ ਕਹਿ ਰਹੇ ਨੇ। ਇਹ ਨਹੀਂ ਪਿਓ ਉਹਨਾਂ ਨੂੰ ਬੁਰਾ ਕਹਿਣਾ, ਇਹ ਤਾਂ ਸਾਨੂੰ ਅਧਿਕਾਰ ਹੀ ਨੇ। ਕਹਿੰਦੇ ਪਰ ਸਮਝੌਤਾ ਨਾ ਕਰਨਾ, ਆਸਾ ਦੀ ਵਾਰ ਤੇ ਬਚਨ ਨੇ ਨਾ। ਮੇਰੇ ਗਰੀਬ ਨੂੰ ਆਜ ਪਿਤਾ ਜੀ ਕਹਿੰਦੇ, ਆਪਣ ਖੱਛੀ ਆਪਣ ਆਪੇ ਹੀ ਕਾਜ ਸਵਾਰੀਐ, ਕਿਧਰੇ ਕਹਿੰਦੇ ਜਿੱਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉਂ ਕਾਲੀਐ, ਮੰਦਾ ਮੂਲ ਨਾ ਕੀ ਚਾਹੀ ਦੇ ਲੰਮੀ ਨਦਰ ਨਿਕਾਲੀਐ। ਪਿਆਰਿਓ ਅਸੀਂ ਸੋਚਦੇ ਹਾਂ ਜੇ ਅੱਖ ਨਾਲ ਕਿਸੇ ਨੂੰ ਭੈੜੀ ਨਿਗਾਹ ਨਾਲ ਤੱਕਿਆ ਸ਼ਾਇਦ ਇਹ ਬੁਰਾ ਕਰਮ ਏ, ਕਿਸੇ ਦਾ ਖੱਕ ਮਾਰਾਂਗੇ ਚਾਰ ਪੈਸੇ ਇਹ ਬੁਰਾ ਕਰਮ ਏ, ਉਹਦੇ ਤੋਂ ਬਚਦੇ ਹਾਂ, ਚਾਰ ਵਜਰ ਕੁਰੈਤਾਂ ਤੋਂ ਬਚਦੇ ਹਾਂ। ਪਰ ਇਹਨਾਂ ਗੱਲਾਂ ਵੱਲ ਧਿਆਨ ਹੀ ਕੋਈ ਨਹੀਂ, ਵੀ ਇਹ ਪਾਪ ਕੋਈ ਨਹੀਂ, ਵੀ ਚਲੋ ਵੀ ਰਲ ਕੇ ਚੱਲਣਾ ਏ। ਸਾਹਿਬ ਕਹਿੰਦੇ ਨਾ, ਰਲ ਕੇ ਚੱਲੋ ਕੇਵਲ ਇੱਕ ਸੱਚੇ ਪਾਤਸ਼ਾਹ ਜੀ ਦੇ ਬਚਨ ਨਾਲ, ਬਾਕੀਆਂ ਨੂੰ ਪਿਆਰ ਕਰੋ ਇੱਕ ਰੱਬ ਦੇ ਜੀ ਜਾਣ, ਨਫ਼ਰਤ ਨਾ ਕਰੋ, ਪਰ ਉਹਨਾਂ ਤੋਂ ਆਸ ਨਾ ਰੱਖਣੀ। ਉਹ ਡੋਲਣਗੇ ਤੇ ਮੈਂ ਡੋਲਾਂਗਾ, ਉਹਨਾਂ ਦੀ ਚੜ੍ਹਦੀ ਕਲਾ ਹੋਏਗੀ ਤੇ ਮੇਰੀ ਹੋਏਗੀ। ਅੱਜ ਤੱਕ ਕਿਸੇ ਦੀ ਚੜ੍ਹਦੀ ਕਲਾ ਨਾਲ ਸਾਡੀ ਚੜ੍ਹਦੀ ਕਲਾ ਨਹੀਂ ਖੋਈ, ਤੇ ਕਿਸੇ ਦੇ ਡਿੱਗਣ ਨਾਲ ਪਿਆਰਿਓ ਅਸੀਂ ਡਿੱਗਣਾ ਨਹੀਂ। ਜਦੋਂ ਵੀ ਕਿਸੇ 'ਤੇ ਮਿਹਰ ਹੋਈ ਉਹ ਸਤਿਗੁਰੂ ਨਾਲ ਸਿੱਧਾ ਜੁੜ ਕੇ ਹੋਏ। ਹਾਂ ਸਾਹਿਬ ਕਹਿੰਦੇ ਜੇ ਸ਼ੁਭ ਗੁਣਾਂ ਦੀ ਹਵਾ ਆਵੇ ਉਹਨੂੰ ਲੈ ਕੇ ਅੰਦਰਲਾ ਸਫ਼ਰ ਤੇਜ਼ ਕਰਨਾ ਹੈ। ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੂੰ ਬੇਨੇ ਕੀਤੀ, ਸਾਹਿਬਾ ਇੱਕ ਪੱਖ ਤਾਂ ਇਹ ਵੇ ਵੀ ਉਹਨੂੰ ਭਗਤੀ ਚੰਗੀ ਲੱਗਦੀ ਏ, ਪਰ ਸਾਡੇ ਤੋਂ ਕਰਮ ਜਿਹੜੇ ਖੋਏ ਨੇ ਜੇ ਉਹਨਾਂ ਦਾ ਹਿਸਾਬ ਕਿਤਾਬ ਵੀ ਖੋਣਾ ਏ ਤੇ ਫਿਰ ਕਿਵੇਂ ਗੱਲ ਬਣੇਗੀ, ਫਿਰ ਤਾਂ ਸਾਨੂੰ ਕੋਈ ਲਾਭ ਨਾ ਹੋਇਆ। ਨਹੀਂ ਸਾਹਿਬ ਕਹਿੰਦੇ ਲਾਭ ਸੁਣ, ਜੇਕਰ ਤੂੰ ਭਗਤੀ ਅਸੀਂ ਕਰਾਂਗੇ ਨਾਮ ਜਪਾਂਗੇ, ਇੱਕੋ ਇੱਕ ਨਾਮ ਹੈ ਜਿਹੜਾ ਇਹ ਜਿਤਨੀ ਸਾਡੀ ਪਹਿਲੇ ਜਨਮਾਂ ਵਿੱਚ ਪਿਕਚਰ ਬਣ ਗਈ, ਇਹ ਜਨਮ ਵਿੱਚ ਸਾਡੇ ਤੋਂ ਅਣਜਾਣ ਪੁਣੇ ਵਿੱਚ ਮਾੜੇ ਕਰਮ ਹੋਏ ਉਹਨਾਂ ਦਾ ਲੇਖਾ ਨਹੀਂ ਨਾਮ ਕਰਨ ਦੇਵੇਗਾ, ਲੇਖੇ ਪਾੜ ਕੇ ਰੱਖਦਾ। ਉਹ ਫਿਰ ਵਾਹਿਗੁਰੂ ਇਹ ਨਹੀਂ ਕਹਿੰਦਾ ਭਾਵੇਂ ਵੀ ਇਹਨੇ 30 ਸਾਲ ਪਾਪ ਕੀਤੇ ਹੁਣ ਭਗਤੀ ਕੀਤੀ ਅਤੇ ਪਹਿਲੇ ਦਾ ਵੀ ਹਿਸਾਬ ਕਿਤਾਬ ਕਰਾਂਗੇ, ਨਹੀਂ ਕਹਿੰਦੇ ਉਹਦਾ ਬਿਰਧ ਉਹਦਾ ਸੁਭਾਅ ਹੀ ਉਹ ਲੇਖੇ ਪਾੜ ਕੇ ਰੱਖ ਦਿੰਦਾ। ਕਹਿੰਦਾ ਕੋਈ ਲੇਖੇ ਕਰਨੇ, ਉਹਦਾ ਸੁਭਾਅ ਬਖਸ਼ਿੰਦ। ਕਹਿੰਦੇ ਵੀ ਭਾਵੇਂ ਪਹਿਲਾਂ ਕੀਤੇ ਹੁਣ ਤੇ ਆ ਗਿਆ ਨਾ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਵਿੱਚੋਂ ਨਾ ਦਰਸ਼ਨ ਕਰੋ ਜ਼ਰਾ ਇੱਕ ਦੋ ਸ਼ਬਦਾਂ ਦੇ। ਭਾਈ ਸਾਹਿਬ ਨੇ ਪਿਛਲੇ ਦਿਨਾਂ ਵਿੱਚ ਸਾਨੂੰ ਸ਼ਬਦ ਸੁਣਾਇਆ ਸੀ, ਮਾਝ ਕੀ ਵਾਰ 143 ਅੰਗ ਤੇ ਧੰਨ ਗੁਰੂ ਨਾਨਕ ਪਿਤਾ ਦਾ ਸ਼ਬਦ ਏ। ਸਾਹਿਬ ਕਹਿੰਦੇ ਨੇ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਅਸੀਂ ਜਿਤਨੀ ਜ਼ਿੰਦਗੀ ਜਿਉਣੀ ਹੈ ਨਾ, ਭਾਵੇਂ ਘਰ ਅਤੇ ਭਾਵੇਂ ਗੁਰੂ ਕੋਲ ਆ ਕੇ, ਪਿਆਰਿਓ ਸਾਡਾ ਇੱਕੋ ਨਿਸ਼ਾਨਾ ਹੈ ਵੀ ਸਤਿਗੁਰੂ ਦੀ ਖੁਸ਼ੀ ਲੈਣੀ ਹੈ, ਬਸ ਉੱਧਰ ਮੰਜ਼ਿਲ ਬਣਾ ਕੇ ਤੁਰਾਂਗੇ। ਜ਼ਿੰਦਗੀ 'ਚ ਰੰਗ ਬੜੇ ਲੱਗਣਗੇ ਪਰ ਇਹ ਦੁਨੀਆ ਸਾਨੂੰ ਤੁਰਨ ਨਹੀਂ ਦੇਵੇਗੀ, ਸਿੱਧਾ ਜੁੜਨ ਨਹੀਂ ਦੇਵੇਗੀ। ਦੁਨੀਆ ਬਾਹਰ ਨਹੀਂ, ਜਿਹੜੀ ਸਾਡੇ ਮਨ 'ਤੇ ਦੁਨੀਆ ਬਣਾਈ ਹੋਈ ਹੈ। ਕਈ ਵਾਰ ਹੈਰਾਨ ਹੋਈਦਾ ਹੈ ਨਾ, ਤੁਸੀਂ ਆਪਣੀ ਸੰਗਤ ਵਿੱਚੋਂ ਜੇ
किसी केंद्र भी पाठ कर भी वाहगुरु कहे वो पहले आले दुआले वेखदा कोई वेखदा तो नहीं पाया मैं वाहगुरु कह लगा वहां ये किन्ने रोकया ये मन ने दुनिया बना ली जिमें वाहगुरु कहा तो एवं लोग मेरा मखौल ना उड़ान किसी उड़ाया तो नहीं इन्हें कल्पना की खोई है इन क्या अमृत छक लै कहिंदा ए ठीक है भी किन्नी घूमा रे ये हूँ कहड़ा उम्र दिखा रहा है मेरे मैं किचे किचे काम करदा वा मेरे मित्र की कहणगे किसे विचार इन्हें कुछ नहीं कहा ये अंदर अपने डारे लोग ना मेरे अमृत छके ते राज करन मखौल ना उड़ान काम विच ना रुकावट पै जावे इन डर आप ही प्यारे हो अंदर बनाया है उस डर के घेरे इन कलगिया वाले दे अमृत नूं छड्ड दिता पर दुनिया ना छड्डी सतसंगियो हुण तुसी सोचो जरा इस गल नूं विचारो इन्हें जिहड़ी दुनिया नूं पकड़िया कोई वह ख्यालां दी भला सच्ची मुची दुनिया के खात विच सी कोई मित्र जां रिश्तेदार पकड़िया कुछ नहीं पर मन समझदा मैं पकड़िया है वह दुनिया ते कहीं नहीं सी कल नूं छड्ड गई ते फिर इन्हें रोना है खैर प्यारे हो सतगुरु जी का बचन है साहब कहिंदे ने सिद्धा सतगुरु वल तुरिए ते उहदी खुशी लैणी परमात्मा दी धन गुरु नानक पिता दी उह कहिंदे आओ तुहानूं उहदियां गल्लां सुणाईए उह की करदा आपे कुदरत साज के आपे करे विचार एक खोटे एक खरे आपे परखणकार सानूं नहीं अधिकार दिता सी लोकां नूं सर्टिफिकेट दईए भई आह बंदे खोटे ने आह बड़े खरे ने गुरु नानक साहब कहिंदे तुसीं अपनी गल करो ये सारे आले दुआले की गल असी करांगे पर मन नहीं ना मुड़दा ये घड़ी मुड़ी आ फैसले देना जानदा है इन चंगा लगदा है क्योंकि अहंकार प्रगट हुंदा है इहदा साहब कहिंदे देख खरे खजाने पाईए खोटे छुटीए बाखरवार जिहड़े खरे होण ना कर्म जिन्हां दी भगती करन उहनां नूं वाहिगुरु दरगाह च थां दिंदा है ਜਿਹੜੇ ਖੋਟੇ ਇਹਨਾਂ ਨੂੰ ਦਰਗਾਹ 'ਚ ਸੁੱਟ ਦਿੰਦਾ ਏ ਦਰਗਾਹ 'ਚ ਸੁੱਟਿਆਂ ਦਾ ਕਿਵੇਂ ਪਤਾ ਲੱਗੇ ਪਿਆਰੇ ਉਹ ਪੈਸਾ ਕੋਲ ਏ ਪਰ ਧੀ ਪੁੱਤਰ ਆਖੇ ਨਹੀਂ ਲੱਗਦੇ ਦਰਗਾਹ 'ਚੋਂ ਧੱਕਿਆਂ ਦੀ ਨਿਸ਼ਾਨੀ ਹੈ ਸਤਸੰਗਿਓ ਦਿਨ ਰਾਤ ਕਲਪ ਕੇ ਲੰਘ ਰਹੇ ਨੇ ਨਾਮ ਤੇ ਬਾਣੀ ਜ਼ੁਬਾਨ 'ਤੇ ਨਹੀਂ ਆ ਰਹੇ ਦਰਗਾਹ 'ਚੋਂ ਧੱਕੇ ਪਏ ਹਾਂ ਸਾਹਿਬ ਕਹਿੰਦੇ ਜਿਹਨੂੰ ਰੱਬ ਦੀ ਮਾਰ ਪੈ ਗਈ ਉਹਨੂੰ ਬੰਦੇ ਕੀ ਮਾਰਨਾ ਅਸੀਂ ਸੋਚਦੇ ਹਾਂ ਜੇ ਪੈਸਾ ਨਾ ਹੋਵੇ ਧੀ ਪੁੱਤਰ ਨਾ ਖੋਣ ਤਾਂ ਰੱਬ ਦੀ ਮਾਰ ਨਹੀਂ ਰੱਬ ਦੀ ਮਾਰ ਜਦੋਂ ਮਨੁੱਖ ਕੋਲ ਸਭੋ ਕੁਝ ਹੈ ਰੱਬ ਦਾ ਨਾਮ ਨਹੀਂ ਉਹ ਕਦੇ ਲੈ ਸਕਦਾ ਕਦੇ ਗੁਰੂ ਸੰਗਤ ਵਿੱਚ ਨੀਵਾਂ ਖੋ ਕੇ ਨਹੀਂ ਆ ਸਕਦਾ ਪਿਆਰਿਓ ਉਹਦੇ ਵਿੱਚੋਂ ਜਿਹੜੇ ਦੁੱਖ ਤੇ ਕਲੇਸ਼ ਨਿਕਲ ਰਹੇ ਨੇ ਸਾਰਾ ਕੁਝ ਕੋਲ ਏ ਉਹਨੂੰ ਕਹਿੰਦੇ ਇਹ ਨਰਕ ਦੀ ਜ਼ਿੰਦਗੀ ਜਿਉਂ ਰਿਹਾ ਹੈ ਸਾਹਿਬ ਕਹਿੰਦੇ ਇਹ ਕੰਮ ਰੱਬ ਕਰਦਾ ਆਪ ਕਰਦਾ ਜਾਣ ਬੁੱਝ ਕੇ ਬੰਦੇ ਦੁਖਾਈ ਵੀ ਦਿੰਦੇ ਨੇ ਉਹ ਖੱਦ ਹੋ ਗਏ ਪੈਸਾ ਵੀ ਬਹੁਤ ਹੈ ਧੀਆਂ ਪੁੱਤਰ ਭੈਣ ਭਰਾ ਬਹੁਤ ਪਰ ਅੰਦਰ ਉਸੇ ਤਰ੍ਹਾਂ ਸੜ ਰਿਹਾ ਹੈ ਇਹ ਉਹਦੀ ਮਾਰ ਹੈ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਬਚਨ ਕਰਦੇ ਨੇ ਪਿਆਰਿਓ ਕਹਿੰਦੇ ਨੇ ਖਰੇ ਖਜ਼ਾਨੇ ਪਾਈਏ ਖੋਟੇ ਸੁੱਟੀਏ ਬਾਖਰਵਾਰ ਖੋਟੇ ਸੱਚੀ ਦਰ ਕਹਿ ਸੱਟੀਏ ਕਿਸ ਆਗਿਆ ਕਰੇ ਪੁਕਾਰ ਉਹਨਾਂ ਉੱਪਰ ਵਿਚਾਰੇ ਕਿਹਦੇ ਕੋਲ ਪੁਕਾਰਾਂ ਕਰਨ ਰੱਬ ਨੇ ਆਪ ਹੀ ਤੇ ਉਹਨੂੰ ਸਜ਼ਾ ਦਿੱਤੀ ਏ ਹੁਣ ਦੇਖੋ ਕੈਸਾ ਸੁਭਾਅ ਹੈ ਸਤਿਗੁਰਾਂ ਦਾ ਆਪੇ ਕੁੰਡੀਆਂ ਦੱਸਦੇ ਨੇ ਬਚਨ ਦੀਆਂ ਆਪੇ ਇੱਕ ਪਾਸੇ ਸੱਚਾਈ ਹੈ ਵੀ ਲੇਖਾ ਦੇਣਾ ਪੈਣਾ ਹੈ ਫਿਰ ਦੂਜੇ ਪਾਸੇ ਉਹਦਾ ਸੁਭਾਅ ਇਹ ਦੱਸਿਆ ਨੇ ਕਹਿੰਦੇ ਸਤਿਗੁਰ ਪਿੱਛੇ ਭੱਜ ਪਵੇ ਏਖਾ ਕਰਨੀ ਸਾਰ ਕਹਿੰਦੇ ਘਬਰਾਉਣਾ ਨਹੀਂ ਡੋਲਣਾ ਨਹੀਂ ਇਹੋ ਜਿਹੇ ਹਾਲਾਤ ਵਿੱਚ ਵੀ ਜਦੋਂ ਕੁੱਲ ਦੁਨੀਆ ਛੱਡ ਜਾਵੇ ਕਰਮਾਂ ਦੀ ਮਾਰ ਪੈਣ ਲੱਗ ਪਵੇ ਪਰ ਅਜੇ ਸਵਾਸ ਚੱਲ ਰਹੇ ਹੋਣ ਉਦੋਂ ਭੱਜ ਕੇ ਸਤਿਗੁਰੂ ਦੀ ਸ਼ਰਨ ਵਿੱਚ ਕੋਈ ਆ ਜਾਵੇ ਸਤਿਗੁਰੂ ਜੀ ਉਦੋਂ ਲੇਖਾ ਨਹੀਂ ਕਰਨਗੇ ਕਹਿਣਗੇ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਖਾਲ ਜਦੋਂ ਸਤਿਗੁਰੂ ਕੋਲ ਭੱਜ ਕੇ ਕੋਈ ਆਇਆ ਸਤਿਗੁਰਾਂ ਨੇ ਉਦੋਂ ਕਿਹਾ ਕਹਿਣ ਲੱਗੇ ਜੀ ਆਇਆਂ ਨੂੰ ਬੇਟਾ ਤੂੰ ਆ ਗਿਆ ਹੈ ਨਾ ਹੁਣ ਇੱਕ ਕੰਮ ਕਰ ਘਬਰਾਉਣਾ ਨਹੀਂ ਉਦਾਸ ਨਹੀਂ ਖੋਣਾ ਤੈਨੂੰ ਖੋਟੇ ਨੂੰ ਖਰਾ ਬਣਾ ਦਿਆਂਗੇ ਰੱਬ ਦੇ ਵੱਲੋਂ ਮਿਲਣ ਵਾਲੀ ਸਜ਼ਾ ਤੋਂ ਬਚਾ ਦਿਆਂਗੇ ਉਹਨੂੰ ਰੱਬ ਨੂੰ ਇੱਕ ਚੀਜ਼ ਚੰਗੀ ਲੱਗਦੀ ਆ ਗੁਰੂ ਸ਼ਬਦ ਦਾ ਜਾਪ ਤੂੰ ਇੰਝ ਕਰ ਗੁਰੂ ਕੇ ਸ਼ਬਦ ਦਾ ਜਾਪ ਸ਼ੁਰੂ ਕਰਨਾ ਹੈ
ਉਹ ਸ਼ਬਦ ਨਾਲ ਤੇਰਾ ਖੋਟਾਪਨ ਨਿਕਲ ਜਾਏਗਾ, ਪਹਿਲਾਂ ਖਰਾਪਨ ਆਏਗਾ ਅਤੇ ਇੱਕ ਦਿਨ ਖਰਾਪਨ ਤੋਂ ਬਾਅਦ ਪਰਮਾਤਮਾ ਆਪ ਤੇਰੇ ਘਰ ਆਏਗਾ। ਹੁਣ ਇਹਦੇ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਕਿਤਨਾ ਸਪਸ਼ਟ ਬਚਨ ਕਰਦੇ, ਹੋਰ ਕੀ ਕਰਨ। ਧੰਨ ਗੁਰੂ ਨਾਨਕ ਪਿਤਾ ਜੀ ਦੇ ਪਿਆਰਿਓ, ਇਸ ਵਾਕ ਦੀ ਪੌੜੀ ਵਿੱਚ ਬਚਨ ਨੇ, ਕਹਿਣ ਲੱਗੇ, ਸੱਚੀ ਦਰ ਕਹਿ ਮੰਨੀਏ ਗੁਰ ਕੈ ਪ੍ਰੇਮ ਪਿਆਰ, ਜਿਹਨੇ ਮੇਰੇ ਸਤਿਗੁਰੂ ਨੂੰ ਪ੍ਰੇਮ ਪਿਆਰ ਕੀਤਾ, ਬਸ ਉਹਨਾਂ ਨੂੰ ਸੱਚੀ ਦਰਗਾਹ ਵਿੱਚ ਫਿਰ ਪ੍ਰਵਾਨਗੀ ਸਤਿਗੁਰੂ ਦਿਵਾਉਂਦੇ ਨੇ। ਕਹਿੰਦੇ, ਗਣਿਤ ਤਿੰਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ, ਜਿਹਨਾਂ ਨੂੰ ਮੇਰਾ ਵਾਹਿਗੁਰੂ ਬਖਸ਼ ਦੇਵੇ ਉਹਨਾਂ ਦੇ ਲੇਖੇ ਜੋਖੇ ਕੌਣ ਕਰੇਗਾ। ਪਹਿਲਾਂ ਕੋਈ ਸਤਿਗੁਰੂ ਨੇ ਸੱਚ ਬਚਨ ਕਿਹਾ ਜੇ, ਕਹਿੰਦੇ ਨੇ ਜੇ ਰੱਬ ਦੇ ਨਾਮ ਤੋਂ ਟੁੱਟੇ ਰਹੇ ਤੇ ਯਾਦ ਰੱਖਣਾ ਫਿਰ ਆਪੇ ਬੀਜ ਆਪੇ ਕੇ ਖਾਓ। ਫਿਰ ਕਹਿ ਜੇ ਵੇਖੇ ਕਰਮ ਕਮਾਈਂਦਾ, ਜਿਖੋ ਜੇ ਕਰਮ ਕਰਾਂਗੇ ਤੇ ਵੇਖੇ ਫਲ ਤੇ ਚੱਬੇ ਤੱਤਾ ਲੋ ਸਾਰ ਵਿੱਚ ਸੰਗਹਿ ਪਲ ਤੇ। ਫਿਰ ਤੇ ਕਹਿੰਦੇ ਉਹ ਲੋਹਾ ਚੱਬਣਾ ਹੀ ਪੈਣਾ, ਪਰ ਜੇ ਸਤਿਗੁਰੂ ਕੀ ਸ਼ਰਨ ਵਿੱਚ ਆ ਗਏ, ਸਤਿਗੁਰੂ ਜੀ ਨੇ ਦੱਸਿਆ ਉਹਨੂੰ ਭਗਤੀ ਚੰਗੀ ਲੱਗਦੀ, ਉਹਨੂੰ ਖੁਸ਼ ਕਰ ਲਓ, ਜਦੋਂ ਉਹ ਕੀਤੇ ਤੇ ਫਿਰ ਲੇਖੇ ਪਾੜ ਦਿੰਦੇ ਗਰੀਕ ਅਨੁਵਾਦ ਪਿਤਾ ਮਹਾਰਾਜ, ਫਿਰ ਨਹੀਂ ਲੇਖਾ ਕਰਨ ਦਿੰਦੇ। ਤੇ ਸਤਿਗੁਰੂ ਜੀ ਨੂੰ ਪੁੱਛਿਆ, ਦਾਤਾ ਇਹ ਤਾਂ ਠੀਕ ਹੈ ਵੀ ਭਗਤ ਵਚਲ ਕਰ ਬਿਰਧ ਕਹਿ ਹਰ ਲਾਤ ਰਖਾਇਆ, ਉਹ ਫਿਰ ਲਾਤ ਰੱਖਦਾ, ਤੇ ਜੇ ਮਨ ਕਵੇ ਵੀ ਹੋਰ ਠੀਕ ਹੈ ਮੈਂ ਸਭੋ ਕੁਝ ਕਰਾਂਗਾ ਪਰ ਉਹਨਾਂ ਦਾ ਬਚਨ ਕਮਾ ਕੇ ਭਗਤੀ ਤੇ ਨਾਮ ਤੋਂ ਵਾਂਝਾ ਰਹਾਂਗਾ, ਸਾਹਿਬ ਕਹਿੰਦੇ ਫਿਰ ਨਹੀਂ ਉਹਨੇ ਲਾਤ ਰੱਖਣੀ। ਤੇ ਦੂਸਰੀ ਗੱਲ ਪਿਆਰਿਓ, ਜਨ ਨਾਨਕ ਸਰਨਾਗਤੀ ਕਰ ਨਾਮ ਤਰਾਇਆ, ਕਹਿੰਦੇ ਖਰੀ ਨਾਮ ਨਾਲ ਜੋੜ ਕੇ ਸਤਿਗੁਰੂ ਪਰਮੇਸ਼ਰ ਤਾਰਦਾ, ਜੇ ਜਿਹਨੂੰ ਵੀ ਅੱਜ ਤੱਕ ਉਹਨੇ ਤਾਰਿਆ ਨਾਮ ਨਾਲ ਜੋੜ ਕੇ ਤਾਰਿਆ, ਹੋਰ ਕੋਈ ਤਰੀਕਾ ਨਹੀਂ ਵਰਤਿਆ। ਮਨ ਕੀ ਕਰਦਾ ਸਾਡਾ, ਕਹਿੰਦਾ ਏ ਮੈਂ ਤਾਂ ਪਾਠ ਕਰਦਾ ਰੋਜ਼, ਮੈਂ ਤਾਂ ਫਿਰ ਅਜੇ ਵੀ ਉਸੇ ਦੁੱਖ ਕਲੇਸ਼ਾਂ ਵਿੱਚ ਹਾਂ, ਮੈਂ ਕੀ ਰੱਬ ਦਾ ਗਵਾਇਆ ਹੈ, ਮੈਂ ਕੀ ਗੁਰੂ ਸਾਹਿਬ ਦਾ ਮਾੜਾ ਕੀਤਾ ਏ, ਮੇਰੇ 'ਤੇ ਤਾਂ ਅਜੇ ਤੱਕ ਖੁਸ਼ ਨਹੀਂ ਹੋਇਆ। ਸੋਚਿਆ ਕਰੋ ਇਹਨਾਂ ਗੱਲਾਂ ਕਰਨ ਤੋਂ ਪਹਿਲਾਂ ਸ਼ਹਿਰ ਨੂੰ ਅੱਗ ਲੱਗੀ ਹੋਵੇ, ਤੁਸੀਂ ਇੱਕ ਦੋ ਬਾਲਟੀ ਪਾਣੀ ਨਾਲ ਉਹ ਅੱਗ ਬੁਝਾਉਣਾ ਚਾਹੋ ਕਿ ਅੱਗ ਬੁਝਾ ਲਾਂਗੇ। ਗੁਰੂ ਕੇ ਪਿਆਰਿਓ, ਜੇ ਪੂਰੇ ਸ਼ਹਿਰ ਦੀ ਅੱਗ ਤਾਂ ਕੀ ਦੋ ਚਾਰ ਤਰ੍ਹਾਂ ਦੀ ਅੱਗ ਹੋਵੇ, ਇੱਕ ਘਰ ਦੀ ਅੱਗ ਨੂੰ ਵੀ ਬਾਲਟੀ ਪਾਣੀ ਨਾਲ ਨਹੀਂ ਬੁਝਾਇਆ ਜਾ ਸਕਦਾ। ਪਿਆਰਿਓ, ਉਹਦੇ ਲਈ ਫਾਇਰ ਬ੍ਰਿਗੇਡ ਮੰਗਾਉਂਦੇ ਹੋ, ਉਹ ਖੁੱਲ੍ਹਾ ਪਾਣੀ ਸੁੱਟ ਦੇ ਘਰ ਦੀ ਅੱਗ। ਆਹ ਜਿਹੜਾ ਮਨ ਅਤੇ ਆਤਮਾ ਹੈ, ਹਰ ਰੋਜ਼ ਇਹਨੂੰ ਵਿਸ਼ੇ ਵਿਕਾਰਾਂ ਦੀ, ਭੈੜੀ ਸੋਚ ਦੀ, ਭੈੜੇ ਕਰਮਾਂ ਦੀ ਅੱਗ ਲੱਗਦੀ ਹੋਈ ਸਾਡੇ ਅੰਦਰ ਪੁਰਾਣੇ ਜਨਮਾਂ ਦੀ ਅਤੇ ਇਸ ਜਨਮ ਦੀ, ਉਹਨੂੰ ਆਖੀਏ ਕੇਵਲ ਘੰਟਾ ਸਵੇਰੇ ਅਤੇ ਘੰਟਾ ਸ਼ਾਮ ਪਾਠ ਕਰਕੇ ਉਹ ਅੱਗ ਬੁਝਾ ਲਈਏ, ਕਿਵੇਂ ਬੁਝੇਗੀ ਪਿਆਰਿਓ। ਨਹੀਂ ਤੁਸੀਂ ਰਾਹ 'ਤੇ ਸਹੀ ਚੱਲਦੇ ਹੋ ਪਰ ਪਾਣੀ ਦੀ ਮਾਤਰਾ ਘੱਟ ਪਾ ਰਹੇ ਹਾਂ। ਸਾਹਿਬ ਕਹਿੰਦੇ ਪਾਣੀ ਵੱਧ ਕਰੋ, ਅਤੇ ਇਕੱਲਿਆਂ ਤੋਂ ਨਹੀਂ ਜੇ ਇਹ ਅੱਗ ਬੁਝਣੀ। ਸਾਹਿਬ ਕਹਿੰਦੇ ਆ ਸੰਗਤ ਵਿੱਚ ਆਓਗੇ ਨਾ, ਸੰਗਤ ਸਾਰੀ ਰਲ ਕੇ ਪਾਣੀ ਪਾਏਗੀ। ਮੰਨ ਲਓ ਵੀ ਇੱਕ ਬੰਦਾ ਵਾਹਿਗੁਰੂ ਕਹਿੰਦਾ ਹੈ, ਉਹਨੇ ਕਹਿਣਾ ਆਪਣੀ ਅੱਗ ਬੁਝਾਉਣ ਲਈ। ਜੇ ਸਾਡੀ ਗੁਰੂ ਕੀ ਸੰਗਤ ਵਿੱਚ ਜੀ 200 ਬੈਠੇ ਨੇ, ਸਾਰਿਆਂ ਦੇ ਅੰਦਰ ਇਹ ਵੀ ਮੇਰੇ ਅੰਦਰ ਦੀ ਅੱਗ ਬੁਝੇ, ਹੁਣ ਜਦੋਂ ਬਾਕੀ 199 ਆਦਮੀ ਵੀਰ ਭੈਣ ਵਾਹਿਗੁਰੂ ਕਹਿਣਗੇ, ਉਹਨਾਂ ਦੇ ਆਪਣਾ ਵੀ ਭਲਾ ਹੋ ਗਿਆ ਅਤੇ ਉਹ ਪਾਣੀ ਤੁਹਾਡੇ ਅੰਦਰ ਵੀ ਪਹੁੰਚਿਆ। ਨਾ ਕੋਈ ਆਗੂ ਬਣਿਆ ਅਤੇ ਨਾ ਕੋਈ ਪਿੱਛੇ ਰਿਹਾ, ਸਭਨਾਂ 'ਤੇ ਉਹ ਪਾਣੀ ਪਿਆ। ਸਾਹਿਬ ਕਹਿੰਦੇ ਇੱਕ ਨਾਮ, ਇੱਕ ਆ ਗੁਰੂ ਕੀ ਸੰਗਤ ਨਾਲ ਜੁੜ ਕੇ ਜਦੋਂ ਕਵੇਂਗਾ, ਇਹ ਤੇਰੀ ਮਦਦ ਕਰੇਗਾ ਬਹੁਤ ਵੱਡੀ। ਇਹਦੇ ਨਾਲ ਉਹ ਬਲਦੀ ਕੋਈ ਅੱਗ ਦੇ ਉੱਪਰ ਪਾਣੀ ਪਵੇਗਾ। ਤਾਂ ਹੀ ਅਸੀਂ ਕਹਿੰਦੇ ਹਾਂ ਨਾ, ਕਈ ਵਾਰ ਨਿਤਨੇਮ ਕਰਦਿਆਂ ਨਾਮ ਜਪਦਿਆਂ ਉਹ ਸ਼ਾਂਤੀ ਨੇ ਸੰਗਤ ਵਿੱਚ ਆ ਕੇ ਅੰਦਰ ਇੱਕਦਮ ਟਿਕਦਾ। ਕੀ ਹੋਇਆ, ਹੋਰ ਬਾਹਰੋਂ ਗੁਰੂ ਕੇ ਪਿਆਰਿਓ ਉਹ ਮਖੌਲ ਵਿੱਚੋਂ ਸਾਨੂੰ ਪਾਣੀ ਮਿਲ ਗਿਆ। ਆਓ ਪਾਈਏ ਪਾਣੀ ਆਪਣੇ ਅੰਦਰ, ਰਲ ਕੇ ਆਖੋ ਜੇ ਵਾਹਿਗੁਰੂ 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 ਵਾਹਿਗੁਰੂ।
एक दो मिनट कट्ठे रल के इस नाम नू अपने अंदर ते पाइए, मिल के लगातार नाम ही बोलना। फिर आप जी ने महान पुरखा तो बचन सरवण करने कान सारे जुड़ो एक आवाज विच नाल मिल के आखो जी नाल ही, वाहे गुरु 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 जिंदगी दा हर कदम पुटिए सतगुरु मेहरा करन इन्ने बचन प्रवान करने पुल चुक दी खिमा कर दे कोई फतेह बुलाओ वाहिगुरु जी का खालसा वाहिगुरु जी की फतेह बोले।